Punjab's Additional Inspector General of Police, AIG, Randhir Singh Uppal was raped, a complaint by a 26-year-old married woman studying law in Amritsar, police said on Friday. AIG Uppal, posted in the crime branch, has denied the allegation. The woman, who is the mother of a 6-year-old child, alleged that AIG Uppal raped her twice at gunpoint in recent months. He was also booked for criminal intimidation and stalking under the Indian Penal Code as well as the Arms Act at the Amritsar Cantonment Police Station. Following her complaint on September 18, Punjab police had initiated a probe by Inspector General of Police, Crime and Women, Vibhu Raj, who had recommended registration of a case against AIG Uppal after the investigation. The woman gave a statement to the IG that AIG Uppal raped her twice at gunpoint by intimidating her, Amritsar's Additional Deputy Commissioner of Police, DCP, Lakbir Singh said on Friday. The woman alleged that AIG Uppal, who was known to her mother, stalked her on phone and forced her into sexual relations. She submitted audio and video clips to substantiate her allegations. ਆਪਸ ਚ ਮੰਮੀ ਹੁਣੀ ਮਿਲਦੇ ਵਰਤਦੇ ਸੀਗੇ ਇਹਨਾਂ ਦਾ ਭੈਣਾ ਭਰਾਵਾਂ ਵਾਲਾ ਪਿਆਰ ਹੋਏਗਾ ਤੇ ਮੰਮੀ ਨੇ ਮੈਨੂੰ ਕਿਹਾ ਸੀ ਬੇਟੇ ਤੇਰੇ ਮਾਮਾ ਜੀ ਆ 18 ਸਾਲ ਤੋਂ ਅਸੀਂ ਇੱਕ ਦੂਸਰੇ ਨੂੰ ਜਾਣਦੇ ਆ ਕਿ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਉਹ ਤੇਰੀ ਹੈਲਪ ਕਰਨਗੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਵੇਖੋ ਜੇ ਇੰਨਾ ਕੁਛ ਹੋ ਰਿਹਾ ਦੁਨੀਆ ਦੇ ਵਿੱਚ ਔਰ ਤੁਸੀਂ ਕੁਛ ਵੀ ਨਹੀਂ ਕਰ ਰਹੇ ਹੋ ਇੱਕ ਪਾਸੇ ਤਾਂ ਦੁਹਾਈਆਂ ਦਿੰਦੇ ਨੇ ਨੰਨੀ ਛਾਂ ਬੇਟੀ ਬਚਾਓ ਬੇਟੀ ਪੜ੍ਹਾਓ ਹੁਣ ਕਿਉਂ ਨਹੀਂ ਕੋਈ ਨੰਨੀ ਛਾਂ ਨੂੰ ਬਚਾ ਰਿਹਾ ਹੁਣ ਕਿਉਂ ਨਹੀਂ ਕੋਈ ਬੇਟੀ ਨੂੰ ਬਚਾ ਰਿਹਾ ਹੁਣ ਕਿੱਥੇ ਆ ਸਾਰੇ ਜਾਣੇ ਜੇ ਮੈਂ ਮਰ ਜਾਂਦੀ ਫਿਰ ਕੈਂਡਲ ਮਾਰਚ ਕੱਢਣੀ ਸੀ ਸਾਰਿਆਂ ਨੇ ਕੱਢਣੀ ਸੀ ਫਿਰ ਸੀਐਮ ਨੇ ਵੀ ਆਉਣਾ ਸੀ ਜੇ ਮੈਂ ਜੂਨੇ ਜੂਨੇ ਜਸਟਿਸ ਮੰਗ ਰਹੀ ਹਾਂ ਕਿ ਕਿਉਂ ਨਹੀਂ ਸੁਣ ਰਹੇ ਮੇਰੀ ਗੱਲ ਨੂੰ ਬਾਹਰ ਨਾ ਆਈ ਤੇ ਤੇਰੇ ਪੀਜੀ ਵਾਲਿਆਂ ਦੀ ਬਹੁਤ ਪ੍ਰੋਬਲਮ ਖੜੀ ਹੋ ਜੂਗੀ ਤੇਰੀਆਂ ਸਹੇਲੀਆਂ ਨੂੰ ਵੀ ਮੈਂ ਚਕਾਉਂਗਾ ਤੇਰੀਆਂ ਸਹੇਲੀਆਂ ਲਈ ਵੀ ਪ੍ਰੋਬਲਮ ਖੜੀ ਹੋ ਜਾਏਗੀ ਉਹ ਵੀ ਮੈਸੇਜਸ ਮੇਰੇ ਕੋਲ ਨਹੀਂ ਸਰ ਇਹ ਜੁਲਾਈ ਮਹੀਨੇ ਦੀ ਗੱਲ ਹੈ ਜੁਲਾਈ ਦੇ ਐਂਡ ਦੀ ਹੋਏਗੀ ਦੋ ਚਾਂਸ ਸਰ ਮੇਰੇ ਨਾਲ ਜੁਲਾਈ 'ਚ ਹੋਏ ਤੀਸਰਾ ਅਗਸਤ 'ਚ ਹੋਇਆ ਸੈਪਟੰਬਰ 'ਚ ਫਿਰ ਮੈਂ ਕੰਪਲੇਂਟ ਕੀਤੀ ਮੇਰਾ ਫਸਟ ਈਅਰ ਦਾ ਸੈਕਿੰਡ ਸਮੈਸਟਰ ਚੱਲ ਰਿਹਾ ਸੀ ਜਿਹੜਾ ਇਹਨੇ ਗਨ ਉਸ ਰਾਤ ਮੇਰੇ ਕੱਢ ਕੇ ਇਹਨੇ ਗਨ ਮੂਹਰੇ ਰੱਖਿਆ ਅਤੇ ਮੈਂ ਇਹਦਾ ਗਨ ਚੁੱਕ ਲਿਆ ਮੈਂ ਕਿਹਾ ਮੈਂ ਤੇਰੇ ਕੋਲ ਹੀ ਮਾਰ ਦੇਣੀ ਆ ਹੁਣ ਕਿ ਮੈਂ ਇੰਨਾ ਹਰਾਸ ਨਹੀਂ ਹੋ ਸਕਦੀ ਠੀਕ ਆ ਮੈਂ ਜੇਲ੍ਹ ਕੱਟ ਲੂੰਗੀ ਪਰ ਮੈਂ ਆਪਣੀ ਜ਼ਿੰਦਗੀ ਨਹੀਂ ਖਰਾਬ ਕਰ ਸਕਦੀ ਮੇਰੀ ਬੱਸ ਆ ਬਹੁਤ ਤਾਪਾ ਹੀ ਹੋਏ ਕੁੱਟਮਾਰ ਹੋਈ ਮੈਂ ਇਹਦੇ ਨੇਲ ਨੂਲ ਮਾਰੇ ਇਹਨੇ ਮੈਨੂੰ ਬੈੱਡ 'ਤੇ ਚੱਕ ਕੇ ਮਾਰਿਆ ਬਾਲਕਨੀ ਸੀ ਇੱਕ ਬਣੀ ਹੋਈ ਮੈਂ ਕਿਹਾ ਮੈਂ ਬਾਲਕਨੀ 'ਚੋਂ ਜੰਪ ਲੱਗੀ ਹੁਣ ਕਰਨ ਕਾਫੀ ਰੌਲਾ ਉਸ ਰਾਤ ਪਿਆ ਅਤੇ ਫਿਰ ਇਹਨੇ ਮੈਨੂੰ ਕਿਹਾ ਕਿ ਠੀਕ ਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਚੁੱਪ ਕਰਕੇ ਬਹਿ ਜਾ ਮੇਰੀ ਗੱਲ ਸੁਣ ਬਹਿ ਜਾ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਲੈ ਮੈਂ ਤੈਨੂੰ ਹੱਥ ਵੀ ਨਹੀਂ ਲਾਉਂਦਾ ਬਹਿ ਜਾ ਇਹਨੇ ਮੈਨੂੰ ਉੱਥੇ ਉਸ ਰਾਤ ਆਈ ਥਿੰਕ ਸਵੇਰੇ 3:30 ਵਜੇ ਤੱਕ ਆਹੀ ਕੁਛ ਹੋਇਆ ਉਸ ਤੋਂ ਬਾਅਦ ਇਹਨੇ ਮੈਨੂੰ ਉੱਥੇ ਹੀ ਰੱਖਿਆ ਦੁਪਹਿਰ ਤੱਕ ਇਹ ਮੈਨੂੰ ਇਹ ਗੱਲ ਕਹਿੰਦਾ ਰਿਹਾ ਹੁਣ ਮੈਂ ਤੈਨੂੰ ਕੁਛ ਨਹੀਂ ਕਹੂੰਗਾ ਪਰ ਜੇ ਤੂੰ ਇਹ ਗੱਲ ਕਿਸੇ ਨਾਲ ਕੀਤੀ ਜਾਂ ਤੂੰ ਹਾਂਜੀ ਨਹੀਂ 21 ਅਗਸਤ ਦੀ ਗੱਲ ਆ ਵੀਰ ਜੀ ਇਹ 21 ਅਗਸਤ ਦੀ ਜੇ ਤੂੰ ਇੱਦਾਂ ਦੀ ਕੋਈ ਹਰਕਤ ਕੀਤੀ ਜਾਂ ਕਿਸੇ ਨੂੰ ਦੱਸਿਆ ਜਾਂ ਤੇਰੇ ਕੋਲ ਮੇਰੇ ਕੋਈ ਪ੍ਰੂਫ ਆ ਤਾਂ ਮੈਨੂੰ ਦੇ ਦੇ ਨਹੀਂ ਤਾਂ ਤੂੰ ਇੱਥੇ ਆ ਤੇਰਾ ਬੱਚਾ ਹੁਸ਼ਿਆਰਪੁਰ ਆ ਮੈਂ ਹੁਣੇ ਹੀ ਤੇਰੇ ਬੱਚੇ ਨੂੰ ਚੁਕਾ ਕੇ ਲਿਆਉਂਦਾ ਆ ਤੇਰੇ ਸਾਹਮਣੇ ਤੇਰੇ ਬੱਚੇ ਨਾਲ ਇੰਝ ਕਰੂੰਗਾ ਲਾਸਟ ਕਦੋਂ ਤੁਹਾਡੀ ਮੁਲਾਕਾਤ ਹੋਈ ਲਾਸਟ ਵੀਰ ਜੀ 21 ਅਗਸਤ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਇਹਦੀਆਂ ਮੈਨੂੰ ਮੈਸੇਜਸ ਆਉਣੇ ਧਮਕੀਆਂ ਥੋੜ੍ਹੇ ਦਿਨ ਬਾਅਦ ਪੀ ਕੇ ਮੈਨੂੰ ਸ਼ਰਾਬੀ ਹੋ ਕੇ ਕਾਲਸ ਕਰਨੀਆਂ ਤੂੰ ਮੇਰੇ ਨਾਲ ਕੋਆਪਰੇਟ ਕਰ ਦੇਖ ਕਿੱਡਾ ਵੱਡਾ ਅਫਸਰ ਆ ਤੇਰੇ 'ਤੇ ਮਰਦਾ ਆ ਤੂੰ ਸਮਝਦੀ ਨਹੀਂ ਮੇਰੀ ਫੀਲਿੰਗ ਨੂੰ ਸਮਝ ਕੋਆਪਰੇਟ ਕਰ ਠੀਕ ਆ ਜੋ ਹੋ ਗਿਆ ਮੈਂ ਗਲਤੀ ਮੰਨਦਾ ਮੈਂ ਤੇਰੇ ਨਾਲ ਗਲਤ ਕੀਤਾ ਮੈਂ ਗਲਤੀ ਮੰਨਦਾ ਅੱਗੇ ਤੋਂ ਮੈਂ ਤੈਨੂੰ ਫੋਰਸ ਨਹੀਂ ਕਰੂੰਗਾ ਆਈ ਵਿਲ ਨਾਟ ਫੋਰਸ ਯੂ ਪਰ ਤੂੰ ਇੱਕ ਵਾਰੀ ਮੇਰੇ ਨਾਲ ਕੋਆਪਰੇਟ ਕਰ ਜਿਹੜੀ ਗੁੰਡਾ ਅਨਸਰਾਂ ਦੇ ਵਿੱਚ ਅੱਜ ਬਦਨਾਮ ਹੋ ਰਹੀ ਹੈ ਪੰਜਾਬ ਦੇ ਅੰਦਰ ਅਕਸਰ ਪੜੋਸੀਆਂ ਦੇ ਕਾਰਨਾਮੇ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆਉਂਦੇ ਆ ਅਤੇ ਇੱਕ ਅੱਤ ਘਨਾਉਣਾ ਕਾਂਡ ਸਾਹਮਣੇ ਇਹ ਧੀ ਲੈ ਕੇ ਆਈ ਆ ਇੱਕ AIG ਲੈਵਲ ਦਾ ਰਣਧੀਰ ਉੱਪਲ ਨਾਮ ਦਾ ਪੰਜਾਬ ਪੁਲਿਸ ਦਾ ਅਧਿਕਾਰੀ ਅਤੇ ਇਸ ਧੀ ਦੇ ਜਿਸਮਾਨੀ ਸ਼ੋਸ਼ਣ ਕਰੇ ਇਸ ਧੀ ਨੂੰ ਥ੍ਰੈਟ ਕਰੇ ਇਸ ਧੀ ਦੇ ਬੱਚੇ ਨੂੰ ਮਾਰਨ ਦੀਆਂ ਧਮਕੀਆਂ ਦੇਵੇ ਇਸ ਧੀ ਦੇ ਪਤੀ ਨੂੰ ਮਾਰਨ ਤੱਕ ਦੀਆਂ ਧਮਕੀਆਂ ਦੇ ਕੇ ਇਹਦਾ ਜਿਸਮਾਨੀ ਸ਼ੋਸ਼ਣ ਕਰੇ ਇਹ ਡਿਟੇਲ ਸਾਰੀ ਦੱਸ ਕੇ ਹਟੀ ਆ ਅਤੇ ਅਫਸੋਸ ਇਸ ਗੱਲ ਦਾ ਕਿ ਪੰਜਾਬ ਦੇ ਅੰਦਰ ਜਿਹੜਾ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਜਿਨ੍ਹਾਂ ਦੇ ਕੋਲ ਗ੍ਰਹਿ ਵਜ਼ਾਰਤ ਵੀ ਹੈਗੀ ਆ ਅਤੇ ਫੋਰਸ ਪੰਜਾਬ ਪੁਲਿਸ ਅਤੇ ਅੱਜ ਪੰਜਾਬ ਪੁਲਿਸ ਇਸ ਕਦਰ ਬਦਨਾਮ ਹੋਈ ਹੋਈ ਆ ਤੁਸੀਂ ਦੇਖ ਰਹੇ ਹੋ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੁਣੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ